ਹੱਥੋਂ ਇੱਕ ਨਿਸ਼ਾਨ ਤੋਂ ਬਚਣ ਦੀ ਲੋੜ ਸੀ ਕਿਉਂਕਿ ਸਰਕਾਰ ਚਾਹੁੰਦੀ ਸੀ ਕਿ ਇਸ ਨੂੰ ਪੰਜਾਬ ਦਾ ਖਾਲਸੇ ਦਾ ਪੰਜਾਬ ਦਾ ਵੀ ਨਹੀਂ ਇਕੱਲਾ ਸਿੱਖ ਦਾ ਬਣਾ ਕੇ ਅਤੇ ਉਹਨਾਂ ਨੂੰ ਕੁੱਟਿਆ ਜਾਏ ਜੇ ਉਹਨਾਂ ਨੂੰ ਅਤੇ ਇਸ ਗੱਲ ਨੂੰ ਜੇ ਅਵਾਇਡ ਕਰਦੇ ਅਸੀਂ ਲਾਲ ਕਿਲ੍ਹੇ ਵੱਲ ਨੂੰ ਜਾਣ ਦਾ ਤਾਂ ਹੋ ਸਕਦਾ ਸੀ ਅਸੀਂ ਅੱਜ ਤੱਕ ਉਹਨਾਂ ਨੂੰ ਸੂਤਰ ਵੀ ਕਰ ਲਿਆ ਹੁੰਦਾ ਅਸੀਂ ਹੋ ਗਏ ਹਾਂ ਧਰਮਾਂ ਤੋਂ ਉੱਤੇ ਉੱਠ ਕੇ ਜਿਹੜੀ ਗੱਲਬਾਤ ਕੀਤੀ ਜਾ ਰਹੀ ਹੈ ਕਿਤੇ ਇਹ ਸਰਕਾਰਾਂ ਨੂੰ ਚੁੱਪ ਤਾਂ ਨਹੀਂ मेरा ख्याल है कि जो होया उहदे ते मिट्टी पाउणी चाहीदी आ हुण आपां नूं अगे वधणा चाहीदा जंग दे विच बहुते एनालिसिस नहीं हुंदे जंग दे विच ते सिर्फ चोट हुंदी पुकार टीवी देख रहे सारे श्रोतियां नूं वाहिगुरू जी का खालसा वाहिगुरू जी की फतेह किसानी अंदोलन दे चलदिआं सी अज्ज गलबात करांगे प्रोफैसर मनजीत सिंह हुणां नाल इह पिछले लंबे समय तों दिल्ली दे बॉर्डरां ते जाके जो इन्हां ने उत्थे देख्या है उहनां तों असीं जानकारी हासिल करांगे वीर जी वाहिगुरू जी का खालसा ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਬਾਰਡਰ ਦੇ ਜਾ ਕੇ ਧਰਨਿਆਂ 'ਤੇ ਜਾ ਕੇ ਬੈਠਦੇ ਰਹੇ ਹੋ ਗੱਲਬਾਤ ਕਰਦੇ ਰਹੇ ਹੋ ਵੱਖ ਵੱਖ ਵਿਸ਼ਿਆਂ 'ਤੇ ਤੁਸੀਂ ਉਹਨਾਂ ਦੀ ਜਿਹੜੀ ਮੀਟਿੰਗਾਂ ਦੇ ਅਹੁਦੇਦਾਰ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਅਤੇ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਨਹੀਂ ਇਹ ਠੀਕ ਹੈਗੀ ਹੈ ਇੱਕ ਮੂਵਮੈਂਟ ਹੈ ਆਪਣੇ ਆਪ 'ਚ ਚੱਲੀ ਅਤੇ ਤਿੰਨ ਬਿੱਲ ਵਾਪਸ ਕਰਾਉਣ ਤੋਂ ਸੀ ਹੌਲੀ ਹੌਲੀ ਚੱਲੀ ਅਤੇ ਜਿੱਥੇ ਤੱਕ ਇਹ ਹੁਣ ਅਚੀਵਮੈਂਟ ਹੋ ਗਈ ਹੈ ਜੇ ਜਿਹਦੇ ਦਿੱਲੀ 'ਚ ਨਹੀਂ ਸੀ ਜਾਂਦੇ ਜਦੋਂ ਤੱਕ ਅਤੇ ਉਦੋਂ ਇੱਥੇ ਤੱਕ ਕਰ ਲੈਂਦੇ ਤਾਂ ਇਸੇ ਗੱਲ ਦੀਆਂ ਹੀ ਬੜੀਆਂ ਖੁਸ਼ੀਆਂ ਹੋਣੀਆਂ ਸੀ ਦੇਖੋ ਜੀ ਅਸੀਂ ਕਾਨੂੰਨ ਸਸਪੈਂਡ ਕਰਾ ਤੇ ਹੁਣ ਤਾਂ ਆਹ ਕਰਾਂਗੇ ਜਸ਼ਨ ਹੋਣੇ ਸੀ ਪਰ ਜਿੱਦਣ ਦੀ ਮੋਰਚਾਬੰਦੀ ਹੁਣ ਵੱਡੇ ਪੱਧਰ 'ਤੇ ਜਾ ਕੇ ਬਾਰਡਰਾਂ 'ਤੇ ਹੋ ਗਈ ਆ ਉਹਨਾਂ ਨੂੰ ਲੱਗਦਾ ਕਿ ਹੁਣ ਸਸਪੈਂਡ ਨਹੀਂ ਹੁਣ ਤਾਂ ਵਾਪਸ ਕਰਾ ਕੇ ਜਾਵਾਂਗੇ ਕਿ ਉਹ ਥੋੜ੍ਹਾ ਜਿਹਾ ਘੱਟ ਲੱਗਦਾ ਅਤੇ ਇਸ ਲਈ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਸ਼ਾਇਦ ਛੇਤੀ ਹਫ਼ਤਾ 10 ਦਿਨ ਦੇ ਅੰਦਰ ਅੰਦਰ ਕੋਈ ਨਾ ਕੋਈ ਰਾਹ ਨਿਕਲੂਗਾ ਕਿਉਂਕਿ ਜਿਸ ਵੱਡੇ ਪੱਧਰ 'ਤੇ ਹੁਣ ਉਹਦਾ ਫੈਲਾਅ ਹੋ ਰਿਹਾ ਖਾਸ ਕਰਕੇ 27 ਦੀ ਰਾਤ ਨੂੰ ਜਿਵੇਂ ਟਕਾਇਤ ਸਾਹਿਬ ਸਾਰਾ ਰਕੇਸਟਰਾ ਟਕਾਇਤ ਦੇ ਉੱਤੇ ਹਮਲਾ ਜਾਂ ਉਹਨਾਂ ਨੂੰ ਹਮਲਾ ਹੀ ਸਮਝੋਗੇ ਉਹਨਾਂ ਨੂੰ ਕੋਰਨਰ ਕਰ ਰਹੇ ਸੀ ਉਹ ਤਾਂ ਡਟ ਗਏ ਉਸੇ ਵੇਲੇ ਕਿ ਮੈਨੂੰ ਤੁਸੀਂ ਛੇੜ ਨਹੀਂ ਸਕਦੇ ਹੱਥ ਨਹੀਂ ਲਾ ਸਕਦੇ ਮੈਂ ਇੱਥੇ ਰਹੂੰਗਾ ਜੋ ਵੀ ਕਰਨਾ ਕਰੋ ਉਸ ਕਿਸਮ ਦਾ ਜਦੋਂ ਉਹਨਾਂ ਨੇ ਦਬੰਗੀ ਦੇਖੀ ਤਾਂ ਸਭ ਦੇਸ਼ ਜਿਹੜਾ ਦੁਨੀਆ ਸਾਰੇ ਹੋਰ ਦੂਰ ਦੂਰ ਤੱਕ ਲੋਕਾਂ ਦੇ ਮਨ ਦੇ ਵਿੱਚ ਇੱਕ ਟੀਸ ਵੀ ਪੈਦਾ ਹੋਈ ਅਤੇ ਇੱਕ ਰੋਸ਼ ਵੀ ਪੈਦਾ ਹੋਇਆ ਅਤੇ ਇੱਕ ਹਿੰਮਤ ਵੀ ਪੈਦਾ ਹੋਈ ਅਤੇ ਉਹ ਚੱਲ ਪਏ ਕਾਫਲੇ ਬਣਾ ਕੇ ਦੁਬਾਰਾ ਤਾਂ ਮੈਨੂੰ ਲੱਗਦਾ ਕਿ ਇਹ ਜਿਹੜੀ ਵੱਡੇ ਪੱਧਰ 'ਤੇ ਇੱਕ ਮਾਸ ਪੱਧਰ 'ਤੇ ਆਮ ਜਨਤਾ ਵੱਲੋਂ ਭਾਵੇਂ ਸ਼ਹਿਰੀ ਹੋਵੇ ਪੇਂਡੂ ਹੋਵੇ ਨੌਜਵਾਨ ਹੋਵੇ ਬਜ਼ੁਰਗ ਹੋਵੇ ਔਰਤ ਹੋਵੇ ਮਰਦ ਹੋਵੇ ਇਸ ਐਡੀ ਲਾਰਜ ਸਕੇਲ ਸਪੋਰਟ ਹੈ ਇਸ ਐਜੀਟੇਸ਼ਨ ਲਈ ਮੂਵਮੈਂਟ ਲਈ ਉਸ ਨੂੰ ਹਰਾਉਣ ਦਾ ਕੋਈ ਜਾਂ ਹਾਰਨ ਦਾ ਕੋਈ ਕਿਸੇ ਕਿਸਮ ਦਾ ਵੀ ਦੂਰ ਦੂਰ ਤੱਕ ਕੋਈ ਨਿਸ਼ਾਨ ਨਹੀਂ ਹੈ ਜਿਹੜੀ 26 ਤਰੀਕ ਨੂੰ ਜਿਹੜੀ ਉੱਥੇ ਦਿੱਲੀ ਦੇ ਲਾਲ ਕਿਲ੍ਹੇ 'ਤੇ ਤਿਰੰਗੇ ਦੇ ਥੱਲੇ ਜਿਹੜਾ ਨਿਸ਼ਾਨ ਸਾਹਿਬ ਲਾਇਆ ਗਿਆ ਹੈ ਉਸ ਨੂੰ ਜਿਹੜਾ ਸਰਕਾਰਾਂ ਨੇ ਇੱਕ ਵੱਖਰੀ ਹੀ ਰੰਗਤ ਦੇ ਕੇ ਜਿਹੜਾ ਪੇਸ਼ ਕੀਤਾ ਗਿਆ ਗੋਦੀ ਮੀਡੀਆ ਵੱਲੋਂ ਕਿ ਤਿਰੰਗਾ ਲਾ ਕੇ ਬੇਪਤ ਕੀਤਾ ਗਿਆ ਅਤੇ ਫਿਰ ਇਹਨਾਂ ਨੇ ਆਪਣਾ ਖਾਲਸਾਈ ਨਿਸ਼ਾਨ ਜਿਹੜਾ ਝੁਲਾਇਆ ਗਿਆ ਜਿਸ ਮੂਵਮੈਂਟ ਨੂੰ ਉਹਨਾਂ ਨੇ ਖਾਲਿਸਤਾਨੀ ਮੂਵਮੈਂਟ ਦੇ ਨਾਲ ਵੀ ਜੋੜ ਦਿੱਤਾ ਗਿਆ ਤੁਸੀਂ ਉਸ ਨੂੰ ਕਿਸ ਤਰ੍ਹਾਂ ਸੋਚਦੇ ਹੋ ਦੇਖੋ ਜਿਹੜਾ ਦੁਸ਼ਮਣ ਹੁੰਦਾ ਜਦੋਂ ਫਸ ਜਾਏ ਤਾਂ ਉਹ ਬਹਾਨੇ ਲੱਭਦਾ ਉਹਨਾਂ ਨੇ ਬਹੁਤ ਹੀ ਬਹਾਨੇ ਚਲਾਏ ਸੀ ਅੱਜ ਤੱਕ ਇਹਨੂੰ ਕਿਹਾ ਕਿ ਪਾਕਿਸਤਾਨੀ ਬੈਕ ਡਿਆ ਚੀਨੀ ਬੈਕ ਡਿਆ ਇੱਥੇ ਅਤੇ ਕਾਂਗਰਸ ਦਾ ਵੀ ਨਾਂ ਲਿਆ ਵਿੱਚ ਖਾਲਿਸਤਾਨ ਦਾ ਮਾਓ ਦਾ ਕਿੰਨਾ ਕਿੰਨਾ ਫਿਰ ਬੈਂਕਾਂ ਤੋਂ ਪੈਸਾ ਬੈਂਕਾਂ ਦੀਆਂ ਇਨਕੁਆਇਰੀਆਂ ਸ਼ੁਰੂ ਕਰਤੀਆਂ ਉਹ ਸਿੱਖਸ ਫਾਰ ਜਸਟਿਸ ਵੱਲੋਂ ਪੈਸਾ ਆ ਰਿਹਾ ਜੀ ਕਿੰਨੇ ਬਹਾਨੇ ਕਿੰਨੇ ਬਹੁਤ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਇਹ ਨਹੀਂ ਚੱਲਿਆ ਦੇਖਿਆ ਕਿ ਹਰਿਆਣਾ ਬਹੁਤ ਜ਼ਿਆਦਾ ਨੇੜੇ ਆ ਰਿਹਾ ਅਤੇ SYL ਦਾ ਮੁੱਦਾ ਖੱਟਰ ਨੇ ਲਿਆ ਕੇ ਰੱਖਤਾ ਉਦੋਂ ਬਾਅਦ ਇਹ ਉਦੋਂ ਬਾਅਦ ਹੋਇਆ ਕਿ ਲੋਕਾਂ ਨੇ ਗੁੱਸੇ 'ਚ ਸਗੋਂ ਉਹਨੂੰ ਆਪਣੀ ਹੀ ਕੰਸਟੀਚੁਐਂਸੀ 'ਚ ਸਟੇਜ ਨਹੀਂ ਲਾਉਣ ਦਿੱਤੀ ਉਹ ਤਾਂ ਚੁੱਪ ਕਰਕੇ ਬਹਿ ਗਿਆ ਹੁਣ ਉਦੋਂ ਬਾਅਦ ਇਹਨਾਂ ਨੂੰ ਕੋਈ ਬਹਾਨਾ ਨਹੀਂ ਸੀ ਮਿਲ ਰਿਹਾ ਇਹ ਲਗਾਤਾਰ ਸੋਚ ਰਹੇ ਸੀ ਵੀ ਕਿਹੜੇ ਬਹਾਨੇ 'ਚ ਇਹਨਾਂ ਨੂੰ ਫਸਾ ਕੇ ਤੂੰ ਥੋੜ੍ਹਾ ਜਿਹਾ ਇਹਨਾਂ ਦੇ ਉੱਤੇ ਹਮਲਾ ਕਰੀਏ ਇਹਨਾਂ ਨੂੰ ਕਮਜ਼ੋਰ ਕਰੀਏ ਇਹਨਾਂ ਨੂੰ ਡਿਫੈਂਸਿਵ ਪਾ ਦਈਏ ਅਖੀਰ 'ਚ ਇਹੀ ਇੱਕ ਉਹਨਾਂ ਨੂੰ ਬਹਾਨਾ ਮਿਲਿਆ ਉਹਨਾਂ ਨੇ ਜਾਣ ਬੁੱਝ ਕੇ ਸਰਕਾਰ ਨੇ ਇਨਕਰੇਜ ਕੀਤਾ ਕਿ ਉਸ ਪਾਸੇ ਨੂੰ ਪੁਲਿਸ ਵਾਲਿਆਂ ਨੇ ਮਿਲ ਕੇ ਕੀਤਾ ਇਹ ਸਾਹਮਣੇ ਵੇਖਣ ਦੀ ਗੱਲ ਹੈ ਕੱਲ੍ਹ ਰਾਜੇਵਾਲ ਪ੍ਰੈਸ ਕਾਨਫਰੰਸ ਵਿੱਚ ਵੀ ਕਹਿ ਕੇ ਗਏ ਆ ਕਿ ਜਿਸ ਰੂਟ 'ਤੇ ਅਸੀਂ ਸਾਰਾ 26 ਜਨਵਰੀ ਨੂੰ ਜਾਣਾ ਸੀ ਉੱਥੋਂ ਡਾਇਗਰੈਸ ਕਰਕੇ ਕੁਛ ਕੁ ਲੋਕ ਜਿਹੜੇ ਆ ਉਹਨਾਂ ਨੂੰ ਇਸ ਕਿਸਮ ਨਾਲ ਪੁਲਿਸ ਨੇ ਵੀ ਮਿਸਗਾਈਡ ਕੀਤਾ ਕੁਛ ਲੋਕ ਵੀ ਇਹੋ ਜਿਹੇ ਸਾਡੇ ਜ਼ਿਆਦਾ ਉਸ ਪਾਸੇ ਨੂੰ ਚਲੇ ਗਏ ਲੋਕ ਤਾਂ ਚਲੋ ਅਖੀਰ 'ਤੇ ਕਹਿੰਦੇ ਆ ਕਿ ਸਰਕਾਰ ਦੇ ਹੀ ਬੰਦੇ ਆ ਕਿੱਦਾਂ ਬੰਦੇ ਮੈਂ ਉਸ ਗੱਲ 'ਚ ਦੀ ਚਰਚਾ 'ਚ ਨਹੀਂ ਜਾਂਦਾ ਪਰ ਜੋ ਹੋਇਆ ਉਹਦੀ ਲੋੜ ਨਹੀਂ ਸੀ ਉਹ ਅਵਾਇਡ ਕਰਨਾ ਚਾਹੀਦਾ ਜਦੋਂ ਹੋ ਗਿਆ ਸਾਰੇ ਜੱਗ ਜਾ ਰਿਹਾ ਸਾਡੇ ਸਾਰਿਆਂ ਦੇ ਸਾਹਮਣੇ ਹੋਇਆ ਲਗਾਤਾਰ ਘੰਟੇ ਤੋਂ ਵੱਧ ਟਾਈਮ ਹੋਣਾ ਜਿਹੜਾ ਉਹ ਲੱਗੇ ਰਹੇ ਬੱਚੇ ਇੱਕ ਉੱਤਰਦਾ ਸੀ ਇੱਕ ਪੋਲ 'ਤੇ ਚੜ੍ਹਦਾ ਸੀ ਜਦੋਂ ਹੋ ਗਿਆ
तिरंगे तो उन्होंने थले हाथ च फड़े से जेडे अंदर गए है, किसी ने कोई भी अदबी नहीं की। सरकार का तो कहना ना कि जो मोदी मीडिया दिखा रहा है, गोदी मीडिया दिखा रहा है, और यही पेश किया गया कि जो तिरंगे की बेबत की गई है। जोड़ा बंदा अज उन्होंने डेटे आए हैं मोदी के बारे कि रोज़ के 40-50 झूठ तो बोलता ही, इस तरह ही ट्रंप बारे से मीडिया भी तो बड़ा ध्यान रखता ना, कई जो मीडिया जो बाज की अख रखते तो वह कहते कि इन्ना ये जानी ट्रंप तो बाद मेरा ख्याल मोदी जी की झंडी होनी है झूठ बोलन, तो उन्होंने एक योजा झूठ बोलन की उन्होंने जोड़ा सारा राजनीति वो है ही झूठ की बुनियाद आ, प्रोपेगंडा जिन्होंने कहें। इसलिए मेरा ये कहना आ कि यहोजा कोई जे किसी कोई उंगली फड़ लेंदा हाथ तो आप ही फड़ लेंदे, फिर सानू भी थोड़ा उस गल तो सचेत होना चाहिए सी कि ये जिस किस्म के दुश्मन नाल जां जिस किस्म की सरकार नाल तुहाडा वाह पिया जिहदे तुसीं नाल जाके एकदम कन्फ्रंट कर रहे हैं, लड़ाई लड़ रहे हैं, युद्ध है बड़ा वड्डा, विचार का युद्ध आ, डायलाग का हैगा आ, होर सारी किस्म का चल रहा कि असी कोई उन्होंने बहाना ज्यों ही उन्होंने थोड़ा जिहा मिलिया मोया ने देखा कि झंडा किहड़ा सी, खालिस्तानी सिख की सी। अगले दिन ही वड्डे पद्धर से बहुत हरियाणे के लोग तो यूपी के लोग उदास हो गए, वो चले भी गए ताइए, यही कारण होया सी। मेरा ख्याल है कि उसकी मिसइंटरप्रिटेशन तो हो ही है, बहुत ज़्यादा हुई है, असी खुद देखा कि दे किसी ने तिरंगे की कोई बेअदबी नहीं की, किसी किस्म का कोई योजा नहीं, वो तो झुल रहा उच्चा झुल रहा है, योजी कोई गल नहीं सी। पर मेरा ख्याल मैं फिर यही कहूँगा कि जो एडा वड्डा पीक ते क्लाइमैक्स ते कोई मूवमेंट होवे जिथे सरकार जानी लगातार लभदी होवे कोई बहाना बदनाम करन दा मिले, तो इस गल नूं जे अवॉयड करदे असी लाल किले वल नूं जाण दा तो हो सकदा सी असी अज तक उन्हां नूं सूत्र भी कर लिया हुंदा, असी जानी पार्लीमेंट तो पहला पहला जिहड़ा 29 तरीक नूं पार्लीमेंट सैशन होया एक राउंड होर करके 27 जां 28 नूं इस नूं आपां किसे सिरे पत्ते लाया हुंदा, पर हुण जिहड़ा है जो भी होया लोकां ने उस नूं बहुता ध्यान दिता नहीं। ये तुहाडी गल ठीक है कि लोकां नूं इंज लोकां ने समझ लिया कि नहीं इहदे च झूठ ज़्यादा आ, असलीयत घट आ, उदों बाद ते हुण फिर दोबारा वड्डे पद्धर ते उसे तरीके नाल जिहड़ा मारदा दमामे जट मिल लिया गया जां उस तरह सारे जिहड़े जाट ते जट मिल के ऐन भंगड़े पाउंदे फिर उस टिकरी बॉर्डर, सिंघू बॉर्डर, गाजीपुर बॉर्डर, पलवल बॉर्डर उधर ऐन जा रहे हैं। जिथे पंजाब ते हरियाणे नूं इस मोर्चे दौरान एकत्रता तो मिली तो मिली आ, जिहड़े बाकी होर भी देश से जिवें यूपी लै लीए, MP लै लीए, राजस्थान लै लीए, कर्नाटक लै लीए, उत्थों भी लोग आ के जिहड़े उत्थे तुहाडा बिल्कुल साथ दे रहे, किसानी संघर्ष का साथ दे रहे, उत्थे एकजुट हो गए हैं, धर्मां तों उत्ते उठ के जिहड़ी गलबात की जा रही है, किते इह सरकारां नूं चुभ तां नहीं रहा? नहीं बिल्कुल, आ जिहड़ी तुसीं गल कही है इह साडी जिम्मेवारी बनदी आ, क्योंकि पूरे देश दे अलग अलग धर्मां दे मजहबां दे उच्च कल्ले फार्मर नहीं है, उहदे च आम लोग, उहदे च मिडल क्लास है, उहदे च इंडस्ट्रियलिस्ट हैगे, उहदे च व्यापारी हैगे आ, उच्च देश भी हैगे, उच्च विदेश भी हैगे, उहदे च दलित हैगे, औरतां हैगियां। इसलिए जो एड्डी विशाल मूवमेंट होवे तो उहनूं चलाउण वालिआं दे हिरदे ते मन भी विशाल होने चाहिए, विजनरी होने चाहिए आ। इसे करके जे सिद्धू झंडे नूं उह कन्फ्यूज कर गया, हालांकि वह झंडा खालिस्तान दा भी नहीं सी, ते क्योंकि साडे कोल जिहड़ी तुसीं गल कही है बड़ी इंपॉर्टेंट है, क्योंकि साडे कोल अलग अलग समुदाय दे अलग अलग सूबे दे अलग अलग किस्म दे लोग आए हुए है, तो सानू खालसा ही जिहड़ा उत्थों एक निशान तों बचण दी लोड़ सी, क्योंकि सरकार चाहुंदी सी कि इस नूं पंजाब दा खालसे दा पंजाब दा भी नहीं कल्ला सिख दा बना के ते इन्हां नूं कुट्टिया जाए, ये उन्होंने उत्थे एक किस्म दा उन्होंने बहाना पाउण दी कोशिश कीती जिहड़ा बणिया। ये तो शुरू तो ही सरकार की चाल चलती आई है, जो तुसी वड्डी कतार च लंगर लाउंदे हो, लंगरां ते पहला टिप्पणी बाजी की गई, फिर निशान साहब ते टिप्पणी बाजी की गई, हुण उन्होंने जो तिरंगे का मुद्दा लैके उन्हों अगे लैके जा रहे हैं, कितने ना कि जो मोर्चा है वह फेल करने की कोशिश की गई, जिवें तुसी दस्या है कि जिहड़े लोग निराश होकर गए ने, तुहानूं कि इदां नहीं लगता कि जिहड़े लोग सिर्फ 26 की परेड देखण गए सी उही वापस परते ने घरां नूं? दोवें गल्लां हैगियां, एक तो जिहड़े बहुत वड्डी गिणती च गए सी ट्रैक्टरां ते उन्होंने आउणा ही सी, दूसरी गल सी कि बहुत सारा कोआर्डीनेशन इस करके हो नहीं सी पाउंदा किन्ने कु उत्थे है किन्ने कु नहीं, जिहड़ा गोदी मीडिया दिखा रहा सी कि चले गए उहदा काउंटर दित्ता नहीं सी जा सकदा, क्योंकि इंटरनेट बंद करता सी कि असलीयत की है। तीजी गल ये भी तुसी इग्नोर नहीं कर सकते कि इहदे नाल निराशा जिहड़े यूपी जां हरियाणे वाले सी उन्हां नूं होई, क्योंकि इत्थे दस रहे बंदे इत्थे भी आए दस रहे आ, सानूं भी पता, उन्हां नूं ये लगा कि ये आपां ते जदों इकट्ठे चले सी ते एक समुदाय नूं इस किस्म दा इस समें दे विच
वो दलेरी उस किस्म की नहीं सी दिखाने की लोड़, उहदे नाल सरकार नूं एक हथियार मिल गया दूजियां नूं कुट्टण दा जाने पछाँ हटाउण दा। मेरा ख्याल है कि जो होया उहदे ते मिट्टी पाउणी चाहीदी आ, हुण आपां नूं अग्गे वधणा चाहीदा। जंग दे विच बहुते एनालिसिस नहीं हुंदे, जंग दे विच ते सिर्फ चोट हुंदी है। जिहड़ा इह किसानी मोर्चा सी जिहड़ा पहलां दी तरह ही चल रहा कि हुण उभर के होर बाहर आ गया, मैनूं लगता कि अग्गे नालों हुण वध शक्ति दे नाल वध जोश दे नाल उभर के सामने आया, क्यों पहलां हरियाणे दे लोक इन्ने वड्डे पद्धर ते नहीं सी गए, यूपी दे लोक भी थोड़े जे सुस्त सीगे, हुण जिन्ने वड्डे पद्धर ते बाउंस बैक जिहनूं कहिंदे आ ना, वड्डे पद्धर ते जिवें एक वेव थले चले जांदी है ते उपर जा के फिर वड्डी बन के आउंदी है, इह हुण वेव थले जाण तों बाद उपर वड्डे जवार भाटे वांगू उठ के अगे वधी है। ये सन प्रोफेसर मनजीत सिंह जी, असं इन्हों अति धनवादी हाँ जिन्ह ने साडे नाल किसानी मोर्चे के नाल संबंधित जानकारी सांझी की। पुकार टीवी अपने दी अपने लई, हरप्रीत सिंह अमृतसर तों।